जिनके नाम से मैं दिन की शुरुआत करता हूँ, जिनके नाम से मैं दिन की शुरुआत करता हूँ, मैं और किसी की नहीं राम की बात करता हूँ, मैं और किसी की नहीं राम की बात करता हूँ। जिनके नाम को प्रेम मैं दिन रात करता हूँ, मैं और किसी की नहीं राम की बात करता हूँ, मैं और किसी की नहीं राम की बात करता हूँ। एहो जे केड़ा पॉइंट सी जिथे एक टर्निंग पॉइंट आया, जिथे ए ट्विस्ट आया? मैं आज तो 5 या 6 साल पहले इतों विद फैमिली शिफ्ट हो गया सी कैनेडा, बट मैंने उतों का लाइफ स्टाइल जो बहुत ज़्यादा रास नहीं आया। मैं क्योंकि म्यूजिक वाला बंदा इतों उठ के अपना स्टूडियो चले जाइए, कुछ नवा बना लिए। हैप्पी मेरा बहुत वधिया दोस्त है, हैप्पी राय कोटी, उन्होंने अक्सर फोन पर भी गल होती रहती है, तो मतलब दिल करता हूँ कि कुछ नवा क्रिएट करिए, कुछ नवा गाइए, कुछ नवा रियाज। जो अपने सर्कल के बंदा हों, बहुत सारिया नवी चीज़ा बन दिया ने। हम कैनेडा जाके मैं चीज़ मिस करता सी हमेशा। एक तरीके नाल तुसी खाली बैठे हो, वेला बंदा हुण की करे। मैं मेरा एक मन मेरा इंडिया, एक मन मेरा उधर। तो जदों इत्थे मैं वापस आया तो मैं उस चीज़ दे विच दोबारा नहीं जाना चाहुंदा। मैं लास्ट ईयर यह डिसीजन ले लिया सी, मैं अपनी फैमिली नूं लैके वापस इंडिया जाऊँगा। और फिर क्यों ना अपने पसंद की ही, अपने सुकून की ही गल की जाए। ਇੱਥੋਂ ਜਾਂਦੇ ਹਾਂ ਬਿਹਤਰੀ ਵਾਸਤੇ ਜਾਂਦੇ ਹਾਂ, ਬਟ ਪੈਸੇ ਕਮਾਉਣ ਦੀ ਹੋੜ ਦੇ ਵਿੱਚ ਕਈ ਵਾਰੀ ਆਪਾਂ ਆਪਣੇ ਬੱਚਿਆਂ ਨੂੰ ਨਿਗਲੈਕਟ ਕਰ ਦਿੰਦੇ ਹਾਂ। ਬੱਚੇ ਜਿਹੜੇ ਆ ਉਹ ਜਿਹੜਾ ਉਹਨਾਂ ਦਾ ਪੀਰੀਅਡ ਹੁੰਦਾ ਤੁਹਾਡੇ ਨਾਲ ਬੈਠਣ ਦਾ, ਘੁਲਣ ਮਿਲਣ ਦਾ, ਪਿਆਰ ਲੈਣ ਦਾ, ਉਸ ਟਾਈਮ ਆਪਾਂ ਘਰਾਂ ਵੱਲ ਜ਼ਿਆਦਾ ਹੋ ਜਾਂਦੇ ਵੀ ਆਹ ਘਰ ਲੈ ਲਿਆ ਜੀ, ਇੰਨੇ ਮਿਲੀਅਨ ਦਾ ਲੈ ਲਿਆ ਜੀ। ਉਹਦੇ ਵਿੱਚ ਜੇ ਆਪਣੇ ਪਸੰਦ ਦੇ ਗਾਣੇ ਆ ਤਾਂ ਉਹਨਾਂ ਦੇ ਵਿੱਚ ਇਹੀ ਸੀਗੀ, ਚੰਨ ਚੋ ਚਾਨਣੀ ਮੁੱਕ ਜਾਵੇ, ਜਾਂ ਫਿਰ ਮੇਰੀ ਜਾਨ ਤੇਰੇ ਵਿੱਚ ਵਸਦੀ, ਵਸਤੂ ਵਸਤੂ, ਜਾਂ ਫਿਰ ਦਿਲ ਡਰਦਾ ਜਿਹਦੀ ਤੁਸੀਂ ਗੱਲ ਕੀਤੀ, ਗੁਜ਼ਾਰਿਸ਼ਾਂ। ਹਾਂਜੀ, ਅਤੇ ਇਹ ਗਾਣੇ ਅਸੀਂ ਤਾਂ ਹਾਲੇ ਵੀ ਮਿਸ ਕਰ ਰਹੇ ਹਾਂ, ਪਰ ਮੇਰਾ ਦਿਲ ਨਹੀਂ ਕਰ ਰਿਹਾ ਹਜੇ ਹੁਣ ਹੋਰ ਗਾਉਣ ਨੂੰ। ਪਤਾ ਨਹੀਂ, ਜਾਂ ਤਾਂ ਕੋਈ ਲਾਸਟ ਈਅਰ ਤੋਂ ਥੋੜ੍ਹਾ ਜਿਹਾ ਮੈਂ ਜ਼ਿਆਦਾ ਡਿਵੋਸ਼ਨਲ ਸੌਂਗਸ ਮੈਂ ਜ਼ਿਆਦਾ ਤਰਜੀਹ ਦੇ ਰਿਹਾ ਕਰਨ ਨੂੰ, ਦਿਲ ਕਰਦੇ, ਕਿਉਂਕਿ ਤੁਹਾਡੇ ਮਨ ਨੂੰ ਸਕੂਨ ਮਿਲਣਾ ਚਾਹੀਦਾ ਸਭ ਤੋਂ ਪਹਿਲਾਂ। ਤਾਂ ਮਿਊਜ਼ਿਕ ਦਾ ਤਾਂ ਦੂਸਰਾ ਨਾਮ ਹੀ ਸਕੂਨ ਹੈ ਨਾ। ਜੇ ਦੂਸਰੇ ਬੰਦੇ ਨੂੰ ਆਪਾਂ ਸ਼ੋਰ ਸ਼ਰਾਬੇ ਦੇ ਵਿੱਚ ਹੀ ਪਾ ਦਾਂਗੇ, ਅਗਲਾ ਹੋ ਸਕਦਾ ਨਾ ਸੁਣੇ। ਪਰ ਇਹ ਇੱਕ ਇਹੋ ਜਿਹੀ ਚੀਜ਼ ਆ ਜਿਹਦੇ 'ਚ ਮੈਂ ਆਪ ਵੀ ਸਕੂਨ ਮਹਿਸੂਸ ਕਰਦਾ ਅਤੇ ਸੁਣਨ ਵਾਲਾ ਵੀ ਕਰਦਾ। ਮੇਰੀ ਵਾਈਫ ਜਿਹੜੀ ਆ ਉਹ ਮੈਨੂੰ ਲਾਈਫ ਪਾਰਟਨਰ ਇੱਦਾਂ ਦਾ ਮਿਲਿਆ ਜਿਹੜਾ। ਉਹ ਨਹੀਂ ਕਹਿੰਦੇ ਕਿ ਦੁਬਾਰਾ ਗਾਣੇ ਗਾਓ ਜਾਂ ਥੋੜਾ ਚੇਂਜ ਕਰੋ? ਨਹੀਂ, ਉਹ ਗਾਣੇ ਵੀ ਨਹੀਂ ਸੀ ਸੁਣਦੇ ਹੁੰਦੇ, ਤੇ ਹੁਣ ਭਜਨ ਤਾਂ ਸ਼ੁਕਰ ਸੁਣਦੇ ਆ ਸਰ। ਮੈਂ ਤਾਂ ਉਹਨਾਂ ਟਾਈਮ ਮਿਲਦਾ ਸੀ ਤੇ ਨਾ ਹੀ ਉਹਨਾਂ ਦਾ ਬਾਹਲਾ ਜ਼ਿਆਦਾ ਇੰਟਰਸਟ ਸੀ। ਸੋ ਜਿਵੇਂ ਤੁਸੀਂ ਨੇ ਪੋਜ਼ਿਟਿਵ ਆਪਣੇ ਲਾਈਫ 'ਚ, ਇਹਦੇ ਪਿੱਛੇ ਰੀਜ਼ਨ ਕੀ ਹੈ ਕਿ ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਰੱਖਦੀਆਂ? ਗਲਤੀਆਂ ਹਰੇਕ ਇਨਸਾਨ ਤੋਂ, ਮੈਂ ਵੀ ਬਥੇਰੇ ਗਾਣੇ ਇਹੋ ਜਿਹੇ ਗਾਏ ਜਿਹੜੇ ਮੈਨੂੰ ਨਹੀਂ ਸਿਖਾਉਣੇ ਚਾਹੀਦੇ ਨਾ, ਅਤੇ ਉਹ ਫਿਲਮਾਂ ਦੇ ਅਤੇ, ਬਟ ਹੁਣ ਮੈਂ ਸੋਚਦਾ ਨਹੀਂ, ਹੁਣ ਮੈਂ ਪ੍ਰੈਜੈਂਟ ਦੇ ਵਿੱਚ ਰਹਿੰਦਾ। ਮੈਂ ਫਿਊਚਰ ਬਾਰੇ ਵੀ ਨਹੀਂ ਬਾਹਲਾ ਸੋਚਦਾ ਕਿ ਇਸ ਤੋਂ ਬਾਅਦ ਅੱਗੇ ਕੀ ਹੋਣਾ, ਕੀ ਕਰਨਾ। ਕਈ ਪਲੈਨਿੰਗਸ ਹੁੰਦੀਆਂ ਨੇ ਨਾ ਕਿ ਤੁਸੀਂ ਅੱਜ ਆਹ ਕਰ ਰਹੇ ਹੋ, ਵੀ ਇਹ ਮੈਂ ਤਾਂ ਕਰ ਰਿਹਾ ਵੀ ਮੈਂ ਫਿਊਚਰ ਦੇ ਵਿੱਚ ਇੱਦਾਂ ਦਾ ਕੁਛ ਕਰਨਾ, ਮੈਂ ਉੱਦਾਂ ਦਾ ਕੁਛ ਨਹੀਂ ਸੋਚ ਰਿਹਾ। ਅੱਛਾ, ਗੁੱਸਾ ਕਿਵੇਂ ਆਪਣਾ ਮੈਨੇਜ ਕਰਦੇ ਹੋ? ਗੁੱਸਾ ਹੈਂਡਲ ਕਰਨ ਦਾ ਕੀ ਫਾਰਮੂਲਾ? ਮੈਂ ਹੁਣ ਤਾਂ ਪਾਠ ਕਰਨ ਲੱਗ ਜਾਂਦਾ। ਪਹਿਲਾਂ ਜ਼ਰੂਰ ਹੁੰਦਾ ਸੀਗਾ ਕਦੇ ਐਵੇਂ ਕਿਸੇ ਨੂੰ ਕੁਛ ਕਹਿ ਕੂ ਹੋ ਗਿਆ, ਹੁਣ ਨਹੀਂ ਕਹਿੰਦਾ ਕੁਛ। ਤੁਹਾਨੂੰ ਗੁੱਸਾ ਆਉਂਦਾ? ਆ ਜਾਂਦਾ ਜੀ, ਆ ਜਾਂਦਾ ਲੱਗਦਾ, ਲੁੱਕ ਲੱਗਦਾ ਨਹੀਂ ਕਿ ਕਦੇ ਗੁੱਸੇ ਹੁੰਦੇ ਹੋ। ਆ ਜਾਂਦਾ, ਫਿਰ ਮੈਂ ਪੀ ਜਾਂਦਾ। ਹੁਣ ਮੈਨੂੰ ਪੀਣਾ, ਗੁੱਸਾ ਪੀਣਾ ਆ ਗਿਆ। ਹੁਣ ਮੈਂ ਬਾਹਲਾ ਜ਼ਿਆਦਾ, ਜੇ ਕੋਈ ਕੁਛ ਕਹਿੰਦਾ ਵੀ ਆ, ਕਮੈਂਟ ਕਮੁੰਟ ਵੀ ਕੋਈ ਇੱਦਾਂ ਦੇ ਆ ਜਾਂਦਾ, ਮੈਂ ਬਾਹਲਾ ਹੁਣ ਪਰਵਾਹ ਨਹੀਂ ਕਰਦਾ ਕੋਈ ਜਿਹਦਾ, ਜੋ ਜਿਹਨੂੰ ਜਿਹੜੀ ਸਮਝ ਹੈ।
ਫਿਟਨੈਸ ਮੰਤਰਾ ਕੀ ਹੈ ਤੁਹਾਡਾ? ਇਹ ਤਾਂ ਸਾਰੇ ਜਾਣਨਾ ਚਾਹੁੰਦੇ ਕਿ ਜਿਵੇਂ ਹੁਣ ਤੁਸੀਂ ਹੁਣ ਸਰ ਪੁੱਛ ਰਹੇ ਸੀ ਕੀ ਖਾਓਗੇ, ਬਸ ਆ ਜਿਹੜਾ ਹੋ ਗਿਆ ਸੀ ਇਹੀ ਹੈ। ਗ੍ਰੀਨ ਟੀ ਨੂੰ ਵੀ ਆਇਆ ਕਰਦਾ ਸੀ, ਆਪਣਾ ਸਰੀਰ ਇੰਨਾ ਖਾਣਾ ਮੰਗਦਾ ਨਹੀਂ ਹੁੰਦਾ ਜਿੰਨਾ ਆਪਾਂ ਵੈਸੇ ਹੈ ਨਾ ਖਾ ਜਾਂਦੇ ਹਾਂ। ਮਤਲਬ ਵੀ ਮੈਂ ਇੱਧਰ ਵੀ ਚਾਹ ਪੀ ਲਈ, ਇੱਧਰ ਵੀ ਚਾਹ ਪੀ ਲਈ, ਆਹ ਵੀ ਕਰ ਲਿਓ, ਇੰਨਾ ਆਪਾਂ ਨੂੰ ਲੋੜ ਨਹੀਂ ਹੁੰਦੀ ਕਈ ਵਾਰੀ, ਤਾਂ ਬਸ ਇਹੀ ਸਾਂਭਣਾ ਹੁੰਦਾ। ਜਿਮ ਦਾ ਸ਼ੌਕੀਨ ਹੋ? ਨਹੀਂ ਬਿਲਕੁਲ ਨਹੀਂ, ਨਹੀਂ ਮੈਂ ਤਾਂ ਲੇਟ ਉੱਠਣ ਵਾਲਾ ਬੰਦਾ। ਮੇਰੀ ਉਮੀਦ ਸੇ ਬੜ ਕਰ ਕਹੀ ਹਰ ਬਾਤ ਸੇ ਜ਼ਿਆਦਾ, ਮੇਰੀ ਉਮੀਦ ਸੇ ਬੜ ਕਰ ਕਹੀ ਹਰ ਬਾਤ ਸੇ ਜ਼ਿਆਦਾ, ਸ਼ਾਮ ਬਾਬਾ ਨੇ ਦਿਆ ਮੁਝਕੋ ਮੇਰੀ ਔਕਾਤ ਸੇ ਜ਼ਿਆਦਾ, ਮੇਰੀ ਉਮੀਦ ਸੇ ਬੜ ਕਰ ਕਹੀ ਹਰ ਬਾਤ ਸੇ ਜ਼ਿਆਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸੁਰਾ ਟੀਵੀ ਅਤੇ ਮੈਂ ਹਾਂ ਤਾਨਿਆ, ਅਤੇ ਅੱਜ ਸਾਡੇ ਸਟੂਡੀਓ ਸਾਡੇ ਨਾਲ ਮੌਜੂਦ ਨੇ ਰੋਸ਼ਨ ਪ੍ਰਿੰਸ, ਅਤੇ ਉਹਨਾਂ ਨਾਲ ਕਰਾਂਗੇ ਢੇਰ ਸਾਰੀਆਂ ਗੱਲਾਂ। ਸਰ ਤੁਹਾਡਾ ਵੈਲਕਮ ਹੈ ਦੈਨਿਕ ਸੁਰਾ ਟੀਵੀ 'ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਤੁਹਾਡਾ ਸਟਾਰਟਿੰਗ ਪੁਆਇੰਟ ਸੀ ਅਤੇ ਅੱਜ ਕਿੰਨਾ ਕੁ ਚੇਂਜ ਮਹਿਸੂਸ ਕਰਦੇ ਹੋ? ਚੇਂਜ ਕਿਸ ਹਿਸਾਬ ਨਾਲ ਪੁੱਛਦੇ ਤੁਸੀਂ? ਆਪਣੀ ਲਾਈਫ 'ਚ ਕਹਿ ਲਓ ਜਾਂ ਆਪਣੇ ਕਰੀਅਰ 'ਚ ਕਹਿ ਲਓ, ਮਤਲਬ ਇੱਕ ਬਹੁਤ ਅੱਛਾ ਤੁਹਾਡਾ ਸੀ, ਇੱਕ ਚੇਂਜ ਦੇਖਿਆ ਤੁਹਾਡੀ ਲਾਈਫ ਦੇ ਵਿੱਚ, ਉਹਦੇ ਬਾਰੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਐਜ਼ ਅ ਪਰਸਨ, ਐਜ਼ ਅ ਮਤਲਬ ਰੀਅਲ ਲਾਈਫ 'ਚ ਤੁਸੀਂ ਕਿੰਨਾ ਕੁ ਚੇਂਜ? ਨਹੀਂ ਸ਼ਾਇਦ ਮੈਨੂੰ ਲੱਗਦਾ ਮੈਂ ਸ਼ੁਰੂ ਤੋਂ ਸੀਗਾ ਐਵੇਂ ਹੀ, ਅਤੇ ਉਹ ਵਕਤ ਦੇ ਨਾਲ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਦਿਖੀਆਂ ਤੁਹਾਨੂੰ, ਉਹ ਤੁਸੀਂ ਫਿਲਮਾਂ ਦੀ ਗੱਲ ਕਰ ਲਓ ਜਾਂ ਗਾਣਿਆਂ ਦੀ ਗੱਲ ਕਰ ਲਓ ਜਾਂ ਕੁਛ ਵੀ, ਤਾਂ ਉਹ ਸੀਗਾ, ਉਹ ਪ੍ਰੋਫੈਸ਼ਨ ਵਾਈਜ਼ ਜੋ ਕਰਨਾ ਚਾਹੀਦਾ ਸੀਗਾ, ਜੋ ਉਸ ਟਾਈਮ ਦੀ ਡਿਮਾਂਡ ਸੀ ਉਸ ਹਿਸਾਬ ਨਾਲ ਕੀਤਾ। ਪਰ ਜੋ ਤੁਸੀਂ ਹੁਣ ਤੁਸੀਂ ਦੇਖ ਰਹੇ ਹੋ ਸੀਗਾ ਮੈਂ ਪਹਿਲਾਂ ਵੀ ਐਵੇਂ, ਅਤੇ ਅੱਜ ਉਹ ਥੋੜ੍ਹਾ ਜਿਹਾ ਜ਼ਿਆਦਾ ਸਾਹਮਣੇ ਆ ਗਿਆ। ਉਸ ਚੀਜ਼ ਨੂੰ ਮਿਸ ਕਰ ਦਿਓ? ਨਹੀਂ, ਹੁਣ ਵੀ ਕਰ ਰਿਹਾ ਮੈਂ ਉਹ ਮਿਸ ਤਾਂ ਮੈਂ ਤਾਂ ਕਰ ਜਿਵੇਂ ਛੱਡ ਦਿੱਤਾ ਉਹ ਚੀਜ਼, ਉਦਾਂ ਦੇ ਗਾਣੇ ਤੁਹਾਡੇ ਦੇਖੇ ਨਹੀਂ? ਹਾਂਜੀ, ਜਿਵੇਂ ਦਿਲ ਡਰਦਾ ਹੋ ਗਿਆ, ਰੰਗ ਪੱਕਾ ਹੋ ਗਿਆ, ਮਤਲਬ ਉਹ ਇੱਕ ਚੀਜ਼ ਉਹ ਹਲੇ ਵੀ ਅੱਜ ਵੀ ਰੀਲਾਂ ਖੋਲੋ ਤਾਂ ਚੱਲ ਰਹੇ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਉਹ ਗਾਣੇ ਮੇਰੇ ਵੈਸੇ ਵੀ ਦਿਲ ਦੇ ਕਰੀਬ ਨੇ, ਔਰ ਉਹ ਜੇ ਵਧੀਆ ਗਾਣੇ ਗਾਉਣ ਤੋਂ ਹੁਣ ਵੀ ਕੋਈ ਗਰੇਜ਼ ਨਹੀਂ ਹੈ ਜੀ। ਤੇ ਸ਼ੁਰੂਆਤ ਦੇ ਵਿੱਚ ਹੀ ਜੇ ਤੁਸੀਂ ਪਹਿਲੇ ਗਾਣੇ ਦੀ ਗੱਲ ਕਰੋ ਤਾਂ ਉਹ ਵੀ ਇੱਕ ਬੜਾ ਪਿਆਰਾ ਗੀਤ ਸੀਗਾ, ਜਿਹੜਾ ਪਾਲੀ ਹੋਰਾਂ ਦਾ, ਪਾਲੀ ਗਿੱਦੜ ਬਾਹਾ ਉਹਨਾਂ ਦਾ ਲਿਖਿਆ ਹੋਇਆ ਗਾਣਾ ਸੀਗਾ, ਜੇ ਚੰਨ 'ਚੋਂ ਚਾਨਣੀ ਮੁੱਕ ਜਾਵੇ, ਸਾਗਰ 'ਚੋਂ ਪਾਣੀ ਸੁੱਕ ਜਾਵੇ, ਹਰ ਦਿਲ ਦੀ ਧੜਕਣ ਰੁਕ ਜਾਵੇ ਤਾਂ ਹੋ ਸਕਦਾ ਤੈਨੂੰ ਭੁੱਲ ਜਾਵਾਂ। ਸੋ ਚੰਗੀ ਸ਼ਾਇਰੀ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ, ਬਟ ਇਹ ਹੁੰਦਾ ਕਿ ਕਈ ਵਾਰੀ ਤੁਸੀਂ ਕਿਸੇ ਹੋਰ ਦੀ ਚੋਇਸ ਦੇ ਨਾਲ ਗਾ ਰਹੇ ਹੁੰਦੇ। ਜਦੋਂ ਫਿਲਮਾਂ ਦੇ ਵਿੱਚ 2009 ਦੇ ਵਿੱਚ ਪਹਿਲੀ ਵਾਰੀ ਕਦਮ ਧਰਿਆ ਤਾਂ ਉਦੋਂ ਇਹ ਹੋ ਸਕਦਾ ਕਿ ਆਪਣੀ ਪਸੰਦ ਸੈਕੰਡਰੀ ਹੋ ਗਈ ਹੋਵੇ, ਕਿਉਂਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਡਾਇਰੈਕਟਰ ਦੀ ਪਸੰਦ ਦੇ ਨਾਲ ਜਾਂ ਪ੍ਰੋਡਿਊਸਰਸ ਦੀ ਪਸੰਦ ਦੇ ਨਾਲ ਜਾਂ ਫਿਲਮ ਦੀ ਡਿਮਾਂਡ ਦੇ ਹਿਸਾਬ ਨਾਲ ਕਰਨੀਆਂ ਪੈਂਦੀਆਂ ਨੇ। ਲੁੱਕ ਲੱਕ ਵੀ ਉਹਨਾਂ 'ਚੋਂ ਹੀ ਇੱਕ ਹੈ, ਕਿਉਂਕਿ ਉਹ ਸਿਰਫ ਇਹਦੇ ਫਿਲਮ ਦਾ ਗਾਣਾ, ਤਾਂ ਜਿੰਨੇ ਵੀ ਉਹ ਸਾਰੇ ਗਾਣੇ ਨੇ ਉਹ ਕਿਤੇ ਨਾ ਕਿਤੇ ਉਹ ਫਿਲਮਾਂ ਦੇ ਹੀ ਗਾਣੇ ਆ। ਜੇ ਆਪਣੇ ਪਸੰਦ ਦੇ ਗਾਣੇ ਆ ਤਾਂ ਉਹਨਾਂ ਦੇ ਵਿੱਚ ਇਹੀ ਸੀਗੀ, ਚੰਨ 'ਚੋਂ ਚਾਨਣੀ ਮੁੱਕ ਜਾਵੇ, ਜਾਂ ਫਿਰ ਮੇਰੀ ਜਾਨ ਤੇਰੇ ਵਿੱਚ ਵਸਦੀ, ਬਸਤੂ ਬਸਤੂ, ਜਾਂ ਫਿਰ ਦਿਲ ਡਰਦਾ ਜਿਹਦੀ ਤੁਸੀਂ ਉਹਦੀ ਗੱਲ ਕੀਤੀ, ਗੁਜ਼ਾਰਿਸ਼ਾਂ। ਹਾਂਜੀ, ਅਤੇ ਇਹ ਗਾਣੇ ਅਸੀਂ ਤਾਂ ਹਲੇ ਵੀ ਮਿਸ ਕਰ ਰਹੇ ਹਾਂ। ਪਰ ਮੇਰਾ ਦਿਲ ਨਹੀਂ ਕਰ ਰਿਹਾ ਹਜੇ ਹੁਣ ਹੋਰ ਗਾਉਣ ਨੂੰ, ਪਤਾ ਨਹੀਂ, ਜਾਂ ਤਾਂ ਕੋਈ ਲਾਸਟ ਈਅਰ ਤੋਂ ਥੋੜ੍ਹਾ ਜਿਹਾ ਮੈਂ ਜ਼ਿਆਦਾ ਡਿਵੋਸ਼ਨਲ ਸੌਂਗਸ ਮੈਂ ਜ਼ਿਆਦਾ ਤਰਜੀਹ ਦੇ ਰਿਹਾ ਕਰਨ ਨੂੰ ਦਿਲ ਕਰਦੇ, ਕਿਉਂਕਿ ਤੁਹਾਡੇ ਮਨ ਨੂੰ ਸਕੂਨ ਮਿਲਣਾ ਚਾਹੀਦਾ ਸਭ ਤੋਂ ਪਹਿਲਾਂ, ਤਾਂ ਮਿਊਜ਼ਿਕ ਦਾ ਤਾਂ ਦੂਸਰਾ ਨਾਮ ਹੀ ਸਕੂਨ ਹੈ ਨਾ। ਜੇ ਦੂਸਰੇ ਬੰਦੇ ਨੂੰ ਆਪਾਂ ਸ਼ੋਰ ਸ਼ਰਾਬੇ ਦੇ ਵਿੱਚ ਹੀ ਪਾ ਦਾਂਗੇ, ਅਗਲਾ ਹੋ ਸਕਦਾ ਨਾ ਸੁਣੇ, ਪਰ ਇਹ ਇੱਕ ਇਹੋ ਜਿਹੀ ਚੀਜ਼ ਆ ਜਿਹਦੇ 'ਚ ਮੈਂ ਆਪ ਵੀ ਸਕੂਨ ਮਹਿਸੂਸ ਕਰਦਾ ਅਤੇ ਸੁਣਨ ਵਾਲਾ ਵੀ ਕਰਦਾ।
ਇਹੋ ਜਿਹਾ ਕਿਹੜਾ ਪੁਆਇੰਟ ਸੀ ਜਿੱਥੇ ਇਹ ਟਰਨਿੰਗ ਪੁਆਇੰਟ ਆਇਆ, ਜਿੱਥੇ ਇਹ ਟਵਿਸਟ ਆਇਆ, ਜਿੱਥੇ ਆਪਣੇ ਆਪ ਨੂੰ ਤੁਹਾਨੂੰ ਲੱਗਾ ਕਿ ਨਹੀਂ ਜਾਂ ਮੈਨੂੰ ਇਸ ਚੀਜ਼ 'ਚ ਜ਼ਿਆਦਾ ਸਕੂਨ ਮਿਲ ਰਿਹਾ? ਸ਼ਾਇਦ ਉਹੀ ਭੱਜ ਨੱਠ ਜਿਹੜੀ ਸੀ ਜ਼ਿੰਦਗੀ ਦੀ, ਹੁਣ ਕਿਤੇ ਨਾ ਕਿਤੇ ਤਾਂ ਵਿਰਾਮ ਬੰਦਾ ਚਾਹੁੰਦਾ ਹੀ ਹੈ ਨਾ ਜੀ, ਅਤੇ ਉਹੀ ਕੁਛ ਇੱਦਾਂ ਸੀ। ਮੈਂ ਅੱਜ ਤੋਂ 5 ਜਾਂ 6 ਸਾਲ ਪਹਿਲਾਂ ਇੱਥੋਂ ਵਿਦ ਫੈਮਿਲੀ ਸ਼ਿਫਟ ਹੋ ਗਿਆ ਸੀ ਕੈਨੇਡਾ, ਬਟ ਮੈਨੂੰ ਉੱਥੋਂ ਦਾ ਲਾਈਫ ਸਟਾਈਲ ਜਿਹੜਾ ਬਹੁਤ ਜ਼ਿਆਦਾ ਰਾਸ ਨਹੀਂ ਆਇਆ ਮੈਂ, ਕਿਉਂਕਿ ਮਿਊਜ਼ਿਕ ਵਾਲਾ ਬੰਦਾ ਇੱਥੋਂ, ਹੁਣ ਉੱਠ ਕੇ ਆਪਾਂ ਸਟੂਡੀਓ ਚਲੇ ਜਾਈਏ, ਕੁਛ ਨਵਾਂ ਬਣਾ ਲਈਏ। ਹੈਪੀ ਮੇਰਾ ਬਹੁਤ ਵਧੀਆ ਦੋਸਤ ਹੈ, ਹੈਪੀ ਰਾਏ ਕੋਟੀ, ਉਹਨਾਂ ਦੇ ਨਾਲ ਅਕਸਰ ਫੋਨ 'ਤੇ ਵੀ ਗੱਲ ਹੁੰਦੀ ਰਹਿੰਦੀ ਹੈ, ਤਾਂ ਮਤਲਬ ਦਿਲ ਕਰਦਾ ਹੁੰਦਾ ਕਿ ਕੁਛ ਨਵਾਂ ਕ੍ਰੀਏਟ ਕਰੀਏ, ਕੁਛ ਨਵਾਂ ਗਾਈਏ, ਕੁਛ ਨਵਾਂ ਰਿਆਜ਼। ਜਦੋਂ ਆਪਣੇ ਸਰਕਲ ਦੇ ਵਿੱਚ ਬੰਦਾ ਹੁੰਦਾ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਬਣਦੀਆਂ ਨੇ। ਹੁਣ ਕੈਨੇਡਾ ਜਾ ਕੇ ਮੈਂ ਚੀਜ਼ ਮਿਸ ਕਰਦਾ ਸੀ ਹਮੇਸ਼ਾ, ਇੱਕ ਤਰੀਕੇ ਨਾਲ ਤੁਸੀਂ ਖਾਲੀ ਬੈਠੇ ਹੋ, ਵਿਹਲਾ ਬੰਦਾ ਹੁਣ ਕੀ ਕਰੇ, ਮੈਂ ਮੇਰਾ ਇੱਕ ਮਨ ਮੇਰਾ ਇੰਡੀਆ, ਇੱਕ ਮਨ ਮੇਰਾ ਉੱਧਰ। ਤਾਂ ਜਦੋਂ ਇੱਥੇ ਮੈਂ ਵਾਪਸ ਆਇਆ ਤਾਂ ਮੈਂ ਉਸੇ ਚੀਜ਼ ਦੇ ਵਿੱਚ ਦੁਬਾਰਾ ਨਹੀਂ ਸੀ ਵੜਨਾ ਚਾਹੁੰਦਾ। ਮੈਂ ਲਾਸਟ ਈਅਰ ਇਹ ਡਿਸੀਜ਼ਨ ਲੈ ਲਿਆ ਸੀ ਕਿ ਮੈਂ ਆਪਣੀ ਫੈਮਿਲੀ ਨੂੰ ਲੈ ਕੇ ਵਾਪਸ ਇੰਡੀਆ ਜਾਊਂਗਾ, ਔਰ ਫਿਰ ਕਿਉਂ ਨਾ ਆਪਣੇ ਪਸੰਦ ਦੀ ਹੀ, ਆਪਣੇ ਸਕੂਨ ਦੀ ਹੀ ਗੱਲ ਕੀਤੀ ਜਾਵੇ। ਤਾਂ ਇਹ ਟਰਨਿੰਗ ਪੁਆਇੰਟ ਵੀ ਨਹੀਂ ਹੈ, ਬਸ ਮੈਨੂੰ ਇਹ ਚੰਗਾ ਲੱਗਦਾ। ਤੇ ਜਿਹੜੀਆਂ ਕੋਲੈਬਸ ਅਸੀਂ ਤੁਹਾਡੀਆਂ ਦੇਖਦੇ ਸੀ, ਮਿਸ ਪੂਜਾ ਦੇ ਨਾਲ ਆਈਏ, ਹਾਂਜੀ, ਹੈ ਨਾ, ਪੂਰਾ ਪੂਰਾ ਲਾਈਵ ਆਉਂਦਾ ਸੀ, ਉਹ ਚੀਜ਼ਾਂ ਦੁਬਾਰਾ ਦੇਖਾਂਗੇ? ਉਹ ਤਾਂ ਹੁਣ ਤੋਂ ਵੈਸੇ ਵੀ 15 ਸਾਲ ਪਹਿਲਾਂ ਆਇਆ ਸੀ, ਉਸ ਤੋਂ ਬਾਅਦ ਸ਼ਾਇਦ ਮੈਂ ਔਰ ਪੂਜਾ ਨੇ ਕੋਈ ਇਕੱਠਾ ਦੁਬਾਰਾ ਡੁਇਟ ਨਹੀਂ ਕਦੇ ਗਾਇਆ। ਪਰ ਕੁਝ ਚੰਗਾ ਸੋਸ਼ਲ ਗਾਣਾ ਹੋਵੇ ਤਾਂ ਜ਼ਰੂਰ ਕਰਾਂਗੇ, ਕਿਉਂ ਨਹੀਂ ਕਰਾਂਗੇ। ਹੁਣ ਵੀ ਕੋਈ ਮੇਰੀ ਹੁਣ ਪਲੈਨਿੰਗ ਚੱਲ ਰਹੀ ਹੈ ਹੈਪੀ ਜੀ ਦੇ ਨਾਲ, ਚੰਗੇ ਜਿਹੜੇ ਕੁਛ ਸਮਾਜ ਵਾਸਤੇ ਕੁਛ ਚੰਗੇ ਗੀਤ ਹੈ ਨਾ, ਰਾਈਟ, ਉਹ ਕਰੀਏ। ਇੱਕ ਮੈਂ ਗੀਤ ਲਿਖਿਆ ਸੀਗਾ ਕਾਫੀ ਦੇਰ ਪਹਿਲਾਂ, ਔਰ ਮੈਂ 2-4 ਵਾਰੀ ਗਾਇਆ ਵੀ ਆ ਸਟੇਜਸ 'ਤੇ। ਮੈਂ ਗੱਭਰੂ ਦੇਸ ਪੰਜਾਬ ਦਾ, ਮੇਰੀ ਮਾਂ ਬੋਲੀ ਪੰਜਾਬੀ, ਮੈਨੂੰ ਸਾਰੀ ਦੁਨੀਆ ਆਖਦੀ ਹੈ ਸ਼ੇਰਾ ਤੇਰੀ ਟੌਰ ਨਵਾਬੀ, ਇਹੋ ਜਿਹੇ ਗਾਣੇ ਮੈਂ ਕਰਨਾ ਚਾਹੁੰਦਾ। ਇੱਕ ਈਪੀ ਰੈਡੀ ਕਰ ਰਿਹਾ ਹੁਣ ਬਹੁਤ ਜਲਦੀ, ਜਿਹਦੇ 'ਚ ਹੈਪੀ ਦੇ ਲਿਖੇ ਹੋਏ, ਤੁਹਾਨੂੰ ਕੁਛ ਇੱਦਾਂ ਦੇ ਸੋਸ਼ਲ ਮੈਸੇਜ ਵਾਲੇ ਗਾਣੇ ਵੀ ਸੁਣਨ। ਸਾਨੂੰ ਬਹੁਤ ਵੇਟ ਆ, ਅਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਤੁਹਾਡੇ। ਇੱਕ ਮੇਰੀ ਹੋਰ ਪਸੰਦੀਦਾ ਐਲਬਮ ਹੈ, ਉਹ ਹਜੇ ਤੱਕ ਰਿਲੀਜ਼ ਨਹੀਂ ਹੋ ਪਾਈ, ਉਹਨੂੰ ਰਿਕਾਰਡ ਹੋਏ ਨੂੰ ਵੀ ਮੇਰੇ ਖਿਆਲ 5 ਤੋਂ 6 ਸਾਲ ਹੋ ਚੁੱਕੇ ਹੋਣੇ ਨੇ। ਸਚਿਨ ਅਹੁਜਾ ਜੀ ਦਾ ਉਹਦੇ 'ਚ ਮਿਊਜ਼ਿਕ ਹੈ, ਪੰਜਾਬ ਦੇ ਚੁਣਿੰਦਾ ਸ਼ਾਇਰ ਜਿਹੜੇ ਨੇ, ਸ਼ਿਵ ਬਟਾਲਵੀ ਜੀ, ਉਲਫਤ ਬਾਜਵਾ ਜੀ, ਉਹਨਾਂ ਦੀਆਂ ਗਜ਼ਲਾਂ ਨੇ। ਓਕੇ, ਬਟ ਉਹ ਕਿਤੇ ਨਾ ਕਿਤੇ ਇਹ ਹੁੰਦਾ ਨਾ ਕਿ ਜੋ ਬੰਦਾ ਅੰਦਰੋਂ ਘਬਰਾ ਜਾਂਦਾ ਵੀ ਟ੍ਰੈਂਡ ਕੁਛ ਹੋਰ ਚੱਲ ਰਿਹਾ, ਮੈਂ ਵਿੱਚ ਗਜ਼ਲ ਗਾਉਣ ਲੱਗ ਜੂੰਗਾ, ਤਾਂ ਉਹਨਾਂ ਨੇ ਕਹਿਣਾ ਲੈ ਵੀ ਆ ਹੁਣ ਹਾਰਮੋਨੀਅਮ 'ਤੇ ਬੈਠ ਕੇ ਗਾਉਣ ਲੱਗੇ। ਪਰ ਹੁਣ ਮੈਨੂੰ ਇਹ ਲੱਗਦਾ ਕਿ ਉਹ ਸਟੇਜ ਆ ਚੁੱਕੀ ਹੈ ਜਦੋਂ ਮੈਂ ਆਪਣੇ ਮਨ ਦਾ ਕੰਮ ਕਰ ਸਕਦਾ, ਆਪਣੇ ਦਿਲ ਦਾ ਕੰਮ ਕਰ ਸਕਦਾ। ਜੇ ਮੈਂ ਡਿਵੋਸ਼ਨਲ ਬਿਲਕੁਲ ਸਾਰਾ ਕੁਝ ਛੱਡ ਛਡਾ ਕੇ ਕਰ ਸਕਦਾ, ਤਾਂ ਸ਼ਾਇਦ ਉਹ ਵੀ ਹੁਣ ਉਹਦਾ ਸਹੀ ਵਕਤ ਹੈ, ਸਹੀ ਮੌਕਾ ਹੈ, ਜਿਹੜੀ ਚੰਗੀ ਸ਼ਾਇਰੀ ਹੈ, ਚੰਗੇ ਗਾਣੇ ਹੈ, ਉਹਨੂੰ ਪ੍ਰੈਜ਼ੈਂਟ ਕਰਨ ਦਾ। ਅਸੀਂ ਦੇਖਦੇ ਹਾਂ ਤੁਹਾਨੂੰ ਵਲੌਗਿੰਗ 'ਚ ਵੀ ਬੜਾ ਮਜ਼ਾ ਆਉਂਦਾ। ਛੱਡਤਾ ਤੁਹਾਡੇ ਵਲੌਗਸ ਵੀ ਦੇਖਦੇ ਸੀ ਨਾਲ? ਹਾਂਜੀ, ਮੈਂ ਬੱਚੇ ਵੀ ਇਨਵੋਲਵ ਹੋ ਗਏ ਸੀ। ਬਟ ਉਦੋਂ ਲਈ ਠੀਕ ਸੀ, 24 ਘੰਟੇ ਬੰਦਾ ਅੰਗੇਜ ਰਹਿੰਦਾ, ਫਿਰ ਕੈਮਰਾ ਹੱਥ 'ਚ ਹੀ ਹੁੰਦਾ। ਸੋ ਉਹ ਟਾਈਮ 'ਚ ਆਪਣੇ ਆਪ 'ਚ ਕਿੰਨਾ ਕੁ ਚੇਂਜ ਮਹਿਸੂਸ ਕੀਤਾ, ਆਪਣੇ ਆਪ ਨੂੰ ਕਿੰਨਾ ਕੁ ਤੁਸੀਂ, ਮਤਲਬ ਉਸ ਟਾਈਮ 'ਚ ਮੋਟੀਵੇਟ ਕਿਵੇਂ ਕਰਦੇ ਸੀ, ਇੱਕ ਮੋਟੀਵੇਸ਼ਨ ਮੰਤਰਾ ਕੀ ਸੀ ਤੁਹਾਡੇ ਲਈ? ਮੈਂ ਨਾ ਵਿਨੀਪੈਗ ਦੇ ਵਿੱਚ ਰਹਿੰਦਾ ਸੀਗਾ, ਸਿਟੀ ਵਿਨੀਪੈਗ ਕੈਨੇਡਾ, ਅਤੇ ਮੈਂ ਉੱਥੇ ਇੱਕ ਸਕੂਲ ਸ਼ੁਰੂ ਕੀਤਾ ਸੀ, ਫੇਮ ਸਕੂਲ ਐਂਡ ਸਟੂਡੀਓ। ਓਕੇ, ਉਹਦੇ 'ਚ ਬੱਚਿਆਂ ਲਈ ਮਿਊਜ਼ਿਕ ਦੀਆਂ ਕਲਾਸਿਸ ਸੀ, ਐਕਟਿੰਗ ਦੀਆਂ ਕਲਾਸਿਸ ਸੀ,
ਸੁਪਨਾ ਬਹੁਤ ਵੱਡਾ ਸੀਗਾ ਕਿ ਮੈਂ ਇਹਨਾਂ ਬੱਚਿਆਂ ਨੂੰ ਹੋਰ ਤਰਾਸ਼ ਕੇ ਇਹਨਾਂ ਦੀਆਂ ਐਲਬਮਸ ਕਰਾਂ, ਫਿਲਮਾਂ ਕਰਾਂ ਜਿਹੜੇ ਐਕਟਰਸ ਨੇ ਉਹਨਾਂ ਲਈ ਫਿਲਮਾਂ ਦੋ ਕੀਤੀਆਂ, ਬਟ ਉਹ ਕਿਸੇ ਕਾਰਨ ਵਸ਼, ਕਿਉਂਕਿ ਮੈਂ ਵੀ ਮਜਬੂਰ ਹੋ ਗਿਆ, ਕਿਉਂਕਿ ਹਰ ਚੀਜ਼ ਦੇ ਉੱਤੇ ਤੁਹਾਨੂੰ ਲੱਗਦਾ ਪੈਸੇ ਚਾਹੀਦੇ ਆ, ਮਣਾ ਮੂੰਹੀ ਪੈਸੇ ਲੱਗਦੇ ਰਿਲੀਜ਼ ਕਰਨ ਵਾਸਤੇ ਵੀ, ਉਹ ਰਿਲੀਜ਼ ਨਹੀਂ ਹੋ ਪਾਈਆਂ, ਬਹੁਤ ਜਲਦੀ ਰਿਲੀਜ਼ ਹੋਣਗੀਆਂ। ਉਹ ਮੇਰਾ ਇੱਕ ਵਧੀਆ, ਤੁਸੀਂ ਟਾਈਮ ਪਾਸ ਵੀ ਕਹਿ ਲਓ ਅਤੇ ਆਪਣੇ ਆਪ ਦਾ ਰਿਆਜ਼ ਵੀ ਕਹਿ ਲਓ, ਬੱਚਿਆਂ ਲਈ ਮੋਟੀਵੇਸ਼ਨ ਵੀ ਸੀ। ਉਸ ਪੀਰੀਅਡ ਦੇ ਦੌਰਾਨ ਬਹੁਤ ਕੁਝ ਸਿੱਖਿਆ ਮੈਂ, ਇਹ ਮੈਂ ਗੱਲ ਕਰ ਰਿਹਾ 2021-22-23 ਇਹਦੇ ਵਿੱਚ, ਔਰ ਨਵੇਂ ਟੈਲੈਂਟ ਨੂੰ ਸੁਣ ਕੇ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਦਾ ਜਿਹੜਾ ਉਹ ਤੁਹਾਨੂੰ ਮਿਲਦਾ ਹੈ ਨਾ। ਦੋ ਫਿਲਮਾਂ ਸਾਡੀਆਂ ਰੈਡੀ ਨੇ ਜਿਹੜੀਆਂ ਮੇਰੇ ਸਟੂਡੈਂਟਸ ਦੇ ਨਾਲ ਮੈਂ ਕੀਤੀਆਂ ਹੋਈਆਂ ਨੇ, ਉਹਨਾਂ 'ਚੋਂ ਇੱਕ ਹੈ ਵਧਾਈਆਂ ਬਾਪੂ ਤੈਨੂੰ, ਦੂਸਰੀ ਹੈ 13। ਇੱਕ ਬੜਾ ਮੁੱਦਾ ਹੈ ਉੱਥੇ ਕੈਨੇਡਾ ਦਾ, ਤਾਂ ਦੇਖਿਆ ਜਾਵੇ ਤਾਂ ਹਰ ਵਿਦੇਸ਼ ਦੇ ਵਿੱਚ ਜਦੋਂ ਆਪਾਂ ਇੱਥੋਂ ਜਾਂਦੇ ਹਾਂ ਬਿਹਤਰੀ ਵਾਸਤੇ ਜਾਂਦੇ ਹਾਂ, ਬਟ ਪੈਸੇ ਕਮਾਉਣ ਦੀ ਹੋੜ ਦੇ ਵਿੱਚ ਕਈ ਵਾਰੀ ਆਪਾਂ ਆਪਣੇ ਬੱਚਿਆਂ ਨੂੰ ਨਿਗਲੈਕਟ ਕਰ ਦਿੰਦੇ ਹਾਂ। ਬੱਚੇ ਜਿਹੜੇ ਆ ਉਹ ਜਿਹੜਾ ਉਹਨਾਂ ਦਾ ਪੀਰੀਅਡ ਹੁੰਦਾ ਤੁਹਾਡੇ ਨਾਲ ਬੈਠਣ ਦਾ, ਘੁਲਣ ਮਿਲਣ ਦਾ, ਪਿਆਰ ਲੈਣ ਦਾ, ਉਸ ਟਾਈਮ ਆਪਾਂ ਘਰਾਂ ਵੱਲ ਜ਼ਿਆਦਾ ਹੋ ਜਾਂਦੇ ਵੀ ਆਹ ਘਰ ਲੈ ਲਿਆ ਜੀ, ਇੰਨੇ ਮਿਲੀਅਨ ਦਾ ਲੈ ਲਿਆ ਜੀ, ਇਹਦੇ ਵਿੱਚ ਜਾਂ ਬਿਜ਼ਨਸ ਖੋਲਿਆ ਜਾਓ, ਬਿਜ਼ਨਸ ਖੋਲਿਆ। ਉਸ ਸਬਜੈਕਟ ਦੇ ਉੱਤੇ ਇੱਕ ਫਿਲਮ ਕੀਤੀ ਸੀ 13, ਜਿਹੜਾ ਇੱਕ 13 ਸਾਲ ਦੇ ਬੱਚੇ ਦੀ ਕਹਾਣੀ, ਜਿਹੜਾ ਵਕਤ ਤੋਂ ਪਹਿਲਾਂ ਜਵਾਨ ਹੋ ਜਾਂਦਾ, ਟੈਲੈਂਟਡ ਬੱਚਾ ਹੈ ਬਟ ਉਹ ਘਰੋਂ ਨਿਗਲੈਕਟਡ ਹੈ, ਕਿਤੇ ਨਾ ਕਿਤੇ ਉਹ ਆਪਣੇ ਨਾਲ ਦੇ ਬੱਚਿਆਂ ਦੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਦਾ, ਵੱਡਿਆਂ ਨੂੰ ਵੱਡਿਆਂ ਦੇ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਨੂੰ ਪਤਾ ਵੀ ਇਹ 13 ਸਾਲ ਦਾ, ਉਹ ਤਾਂ ਨਾਲ ਨਹੀਂ ਰੱਖਦੇ, ਛੋਟੇ ਇਸ ਕਰਕੇ ਨਹੀਂ ਰੱਖਦੇ, ਉਹਨਾਂ ਨੂੰ ਪਤਾ ਕਿ ਵੱਡਾ, ਤਾਂ ਉਹਦੀ ਜ਼ਿੰਦਗੀ 'ਚ ਕੀ ਕੁਛ ਹੁੰਦਾ। ਉਹ ਇੱਕ ਫਿਲਮ ਹੈਗੀ ਹੈ ਜਿਹੜੀ ਮੈਂ ਆਪਣੇ ਸਟੂਡੈਂਟਸ ਨਾਲ ਬਣਾਈ ਸੀ, ਸੋ ਮੈਂ ਇਹ ਮਹਿਸੂਸ ਕਰਦਾ ਕਿ ਉਹ ਟਾਈਮ ਮੇਰੇ ਵਾਸਤੇ ਬਹੁਤ ਵਧੀਆ ਸੀ, ਜਿਹਦੇ 'ਚ ਸਿੱਖਿਆ ਵੀ ਬਹੁਤ ਕੁਛ ਹੈ, ਕ੍ਰੀਏਟਿਵ ਵੀ ਰਹੇ ਹਾਂ ਔਰ ਕੰਮ ਵੀ ਬਹੁਤ ਸਾਰਾ ਕੀਤਾ। ਇਹ ਪ੍ਰੋਜੈਕਟ ਕਿਸੇ ਨਾਲ ਡਿਸਕਸ ਨਹੀਂ ਕੀਤਾ ਜਾਂ ਕਿਸੇ ਨਾਲ? ਹੁਣੇ ਇਹਦੀ ਹਜੇ ਪੋਸਟ ਜਿਹੜੀ ਖਤਮ ਹੋਈ ਹੈ, ਔਰ ਹੁਣ ਲਗਭਗ ਰੈਡੀ ਹੈ ਸਾਰਾ ਕੁਛ। ਇਹਨੂੰ ਅਸੀਂ ਥੀਏਟਰਸ 'ਚ ਨਹੀਂ ਲੈ ਕੇ ਜਾਵਾਂਗੇ, ਬਟ OTT ਕਿਸੇ ਵਧੀਆ ਪਲੇਟਫਾਰਮ ਦੇ ਉੱਤੇ ਰਿਲੀਜ਼ ਕਰਨ ਦੀ ਸੋਚ ਰਹੇ ਹਾਂ। ਅੱਛਾ, ਜਿਵੇਂ ਹੁਣ ਤੁਸੀਂ ਗੱਲ ਕੀਤੀ, ਤੁਸੀਂ ਇਹ ਚੇਂਜ ਵੀ ਦੇਖਦੇ ਹੋ ਪੰਜਾਬੀ ਇੰਡਸਟਰੀ ਵਿੱਚ, ਜਿਵੇਂ ਤੁਸੀਂ ਵੀ ਫਿਲਮਾਂ ਕਰਦੇ ਹੋ, ਹੁਣੇ ਤੁਹਾਡੀ ਇੱਕ ਲੇਟੈਸਟ ਫਿਲਮ ਵੀ ਆਈ ਸੀ, ਕਿ ਅੱਜ ਕੱਲ੍ਹ ਲੋਕ OTT ਨੂੰ ਜ਼ਿਆਦਾ ਪ੍ਰੈਫਰੈਂਸ ਦੇਣ ਲੱਗ ਗਏ ਆ ਸਿਨੇਮਾ ਜਾਣ ਨਾਲੋਂ? ਦੇਖੋ, ਦੋਨੇ ਚੀਜ਼ਾਂ ਆਪਣੀ ਜਗ੍ਹਾ ਠੀਕ ਨੇ, ਵਧੀਆ ਨੇ, ਮਤਲਬ ਚੰਗੀ ਗੱਲ ਤਾਂ ਇਹ ਹੈ ਕਿ ਤੁਹਾਡਾ ਕੰਟੈਂਟ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਨਾ, ਔਰ ਉਹ ਜਾ ਰਿਹਾ। ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਇੱਕ ਲਿਮਿਟੇਸ਼ਨ ਹੁੰਦੀ ਹੈ, ਤੁਸੀਂ ਥੀਏਟਰ 'ਚੋਂ ਨਹੀਂ ਦਿਖਾ ਸਕਦੇ ਹੈ ਨਾ, ਜਾਂ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਤੁਸੀਂ ਘਰੇ ਬੈਠ ਕੇ ਸਕੂਨ ਨਾਲ ਹੀ ਦੇਖੋ ਤਾਂ ਹੀ ਉਹਦਾ ਮਜ਼ਾ ਆਉਂਦਾ। ਹੁਣ ਜਿਵੇਂ 13 ਉਹਨਾਂ 'ਚੋਂ ਇੱਕ ਫਿਲਮ ਆ, ਉਹ ਥੀਏਟਰ ਦੇ ਵਿੱਚ ਤੁਹਾਨੂੰ ਵੈਸੇ ਵੀ ਅੱਛੀ ਨਹੀਂ ਲੱਗਣੀ, ਉਹ ਕਿਉਂਕਿ ਉਹ ਇੱਕ ਮੁੱਦਾ ਹੈ, ਉਹ ਬੰਦਾ ਘਰੇ ਬੈਠੂਗਾ ਆਪਣੇ ਬੱਚਿਆਂ ਨੂੰ 4 ਵਾਰੀ ਦਿਖਾਊਗਾ, ਜਾਂ ਬੱਚੇ 4 ਵਾਰੀ ਆਪਣੇ ਪੇਰੈਂਟਸ ਨੂੰ ਦਿਖਾਉਣਗੇ ਤਾਂ ਹੀ ਉਹਦਾ ਉਸ ਚੀਜ਼ ਦਾ ਅਸਰ ਹੋਊਗਾ। ਤਾਂ ਜਿਹੜਾ ਦੂਸਰੀ ਫਿਲਮ ਹੈ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ, ਵਧਾਈਆਂ ਬਾਪੂ ਤੈਨੂੰ, ਉਹ ਥੀਏਟਰ ਵਾਸਤੇ ਆ। ਉਹਦੇ 'ਚ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਗੁਰੂ ਵੀ ਨੇ, ਮੇਰੇ ਵੱਡੇ ਭਾਅ ਜੀ ਨੇ, ਗੁਰਪ੍ਰੀਤ ਘੁੱਗੀ ਭਾਅ ਜੀ, ਉਹਨਾਂ ਨੇ ਹਾਂ ਕੀਤੀ ਸੀ, ਤਾਂ ਮੇਨ ਲੀਡ ਦੇ ਵਿੱਚ ਉਹ ਨੇ, ਤਾਂ ਯੋਗ ਜੀ ਨੇ, ਕਰਮਜੀਤ ਅਨਮੋਲ ਭਾਅ ਜੀ ਨੇ, ਹਾਰਵੀ ਸੰਘਾ ਜੀ ਨੇ, ਬਹੁਤ ਸਾਰੇ ਆਰਟਿਸਟ ਆ ਜਿਹੜੇ, ਔਰ ਚੰਗੀ ਗੱਲ ਇਹ ਹੋ ਗਈ ਕਿ ਉਹਨਾਂ ਬੱਚਿਆਂ ਨੂੰ ਇਹਨਾਂ ਵੱਡੇ ਦਿੱਗਜ ਆਰਟਿਸਟਾਂ ਦਾ ਸਾਥ ਮਿਲਿਆ, ਇਹਨਾਂ ਨੂੰ ਕੰਮ ਕਰਦੇ ਉਹਨਾਂ ਨੇ ਵੇਖਿਆ, ਉਹਨਾਂ ਵਾਸਤੇ ਇੱਕ ਵਰਕਸ਼ਾਪ ਬਣ ਗਈ ਸੀ, ਔਰ ਇਹਨੂੰ ਫਿਲਮ ਨੂੰ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋ ਸਕਦਾ ਸ਼ਾਇਦ ਅਸੀਂ ਗਰਮੀਆਂ ਦੇ ਵਿੱਚ ਇਹਨੂੰ ਥੀਏਟਰ 'ਚ ਲੈ ਕੇ, ਅਸੀਂ ਵੀ ਵੇਟ ਕਰਾਂਗੇ ਇਸ ਬਾਰੇ। ਹਾਂਜੀ, ਮਤਲਬ ਅੱਛਾ ਲੱਗ ਰਿਹਾ। ਹਾਂਜੀ ਕਰਮਜੀਤ, ਤੁਹਾਨੂੰ ਜੀ ਦੀ ਗੱਲ ਕੀਤੀ, ਤੁਸੀਂ ਹੁਣ ਇਲੈਕਸ਼ਨਸ ਦੀ ਤਿਆਰੀ ਕਰ ਰਹੇ, ਕੀ ਮੈਸੇਜ ਦੇਣਾ ਚਾਹੋਗੇ? ਬਸ ਬਹੁਤ ਮੇਰੇ ਵੱਲੋਂ ਤਾਂ ਉਹਨਾਂ ਨੂੰ ਬੈਸਟ ਵਿਸ਼ਸ ਨੇ, ਭਾਅ ਜੀ ਬਹੁਤ ਵਧੀਆ ਇਨਸਾਨ ਨੇ, ਔਰ ਅਸੀਂ ਬਹੁਤ ਸਾਰੀਆਂ ਫਿਲਮਾਂ, ਮੇਰੇ ਖਿਆਲ 20 ਦੇ ਆਸ ਪਾਸ ਫਿਲਮਾਂ ਅਸੀਂ ਇਕੱਠਿਆਂ ਨੇ ਕੀਤੀਆਂ,
ਤੇ ਹਮੇਸ਼ਾ ਉਹਨਾਂ ਨੇ ਦੂਜਿਆਂ ਵਾਸਤੇ ਚੰਗਾ ਹੀ ਸੋਚਿਆ। ਮੈਨੂੰ ਤਾਂ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਉਹਨਾਂ ਦੇ ਪਿੰਡਾਂ ਦੇ ਵਿੱਚ ਵੀ, ਔਰ ਉਹ ਬਹੁਤ ਜ਼ਮੀਨ ਨਾਲ ਜੁੜੇ ਹੋਏ ਆਪਣੇ ਦੋਸਤਾਂ ਦੇ ਨਾਲ, ਆਪਣੇ ਪੁਰਾਣੇ ਸਾਥੀਆਂ ਦੇ ਨਾਲ। ਮੈਨੂੰ ਲੱਗਦਾ ਕਿ ਉਹ ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਵਧੀਆ ਕਰਨਗੇ, ਹੈ ਨਾ। ਅਤੇ ਪਰਮਾਤਮਾ ਕਰੇ ਸਾਡਾ ਭਰਾ ਐਮ ਪੀ ਬਣੇ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਜਿਵੇਂ ਤੁਸੀਂ ਇੰਨੇ ਪੋਜ਼ਿਟਿਵ ਹੋ ਆਪਣੇ ਲਾਈਫ 'ਚ, ਇਹਦੇ ਪਿੱਛੇ ਰੀਜ਼ਨ ਕੀ ਹੈ, ਕਿ ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਰੱਖਦੀਆਂ? ਹੁਣ ਮੈਂ ਨਾ ਪ੍ਰੈਜੈਂਟ ਦੇ ਵਿੱਚ ਰਹਿਣਾ ਸ਼ੁਰੂ ਕਰਤਾ। ਮੈਂ ਅੱਗੇ ਹੁੰਦਾ ਸੀਗਾ ਕਿ ਪਹਿਲਾਂ ਆਹ ਕਰ ਲਿਆ ਤਾਂ ਉਹਨੂੰ ਸੋਚੀ ਜਾਣਾ। ਗਲਤੀਆਂ ਹਰੇਕ ਇਨਸਾਨ ਤੋਂ, ਮੈਂ ਵੀ ਬਥੇਰੇ ਗਾਣੇ ਇਹੋ ਜਿਹੇ ਗਾਏ ਜਿਹੜੇ ਮੈਨੂੰ ਨਹੀਂ ਸਿਖਾਉਣੇ ਚਾਹੀਦੇ, ਹੈ ਨਾ, ਅਤੇ ਉਹ ਫਿਲਮਾਂ ਦੇ। ਅਤੇ ਬਟ ਹੁਣ ਮੈਂ ਸੋਚਦਾ ਨਹੀਂ, ਹੁਣ ਮੈਂ ਪ੍ਰੈਜੈਂਟ ਦੇ ਵਿੱਚ ਰਹਿਣਾ। ਮੈਂ ਫਿਊਚਰ ਬਾਰੇ ਵੀ ਨਹੀਂ ਬਾਹਲਾ ਸੋਚਦਾ ਕਿ ਇਸ ਤੋਂ ਬਾਅਦ ਅੱਗੇ ਕੀ ਹੋਣਾ, ਕੀ ਕਰਨਾ। ਕਈ ਪਲੈਨਿੰਗਸ ਹੁੰਦੀਆਂ ਨੇ ਨਾ ਕਿ ਤੁਸੀਂ ਅੱਜ ਆਹ ਕਰ ਰਹੇ ਹੋ, ਵੀ ਇਹ ਮੈਂ ਤਾਂ ਕਰ ਰਿਹਾ ਵੀ ਮੈਂ ਫਿਊਚਰ ਦੇ ਵਿੱਚ ਇੱਦਾਂ ਦਾ ਕੁਛ ਕਰਨਾ। ਮੈਂ ਉੱਦਾਂ ਦਾ ਕੁਛ ਨਹੀਂ ਸੋਚ ਰਿਹਾ। ਹੁਣ ਮੈਂ ਭਜਨ ਲਿਖਦਾ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਅਗਲੇ ਦਿਨ ਰਿਕਾਰਡ ਕਰਕੇ ਉਹਨੂੰ ਭਾਵੇਂ ਯੂਟਿਊਬ ਜਾਂ ਕੁਛ ਵੀ ਆਪਣੇ ਚੈਨਲ ਦੇ ਉੱਤੇ ਉਹਨੂੰ ਰਿਲੀਜ਼ ਕਰਦੀ ਹੈ ਵੱਧ ਤੋਂ ਵੱਧ। ਮਤਲਬ ਐਵੇਂ ਸਾਂਭ ਕੇ ਰੱਖਣ ਵਾਲਾ ਹੁਣ ਕੰਮ ਮੈਂ ਫਿਊਚਰ ਵਾਲਾ ਨਹੀਂ ਕਰਦਾ ਹੁਣ, ਅਤੇ ਪ੍ਰੈਜੈਂਟ ਦੇ ਵਿੱਚ ਜੀਣਾ ਸਿੱਖਣ ਦੀ ਕੋਸ਼ਿਸ਼ ਕਰ ਰਹੇ। ਕਿਆ ਬਾਤ ਹੈ। ਫੈਮਿਲੀ ਸਪੋਰਟ ਕਿੰਨੀ ਕੁ ਰਹਿੰਦੀ ਹੈ? ਬਹੁਤ ਜੀ, ਬਹੁਤ ਵਧੀਆ ਹੈ। ਹੁਣ ਬੱਚੇ ਵੀ ਇੱਥੇ ਪੜ੍ਹਦੇ ਆ, ਔਰ ਮੇਰੀ ਵਾਈਫ ਜਿਹੜੀ ਆ ਉਹ ਮੈਨੂੰ ਲਾਈਫ ਪਾਰਟਨਰ ਇੱਦਾਂ ਦਾ ਮਿਲਿਆ ਜਿਹੜਾ। ਉਹ ਨਹੀਂ ਕਹਿੰਦੇ ਕਿ ਦੁਬਾਰਾ ਗਾਣੇ ਗਾਓ ਜਾਂ ਥੋੜਾ ਚੇਂਜ ਕਰੋ? ਨਹੀਂ, ਉਹ ਗਾਣੇ ਵੀ ਨਹੀਂ ਸੀ ਸੁਣਦੇ ਹੁੰਦੇ, ਤੇ ਹੁਣ ਭਜਨ ਤਾਂ ਸ਼ੁਕਰ ਹੈ ਸੁਣਦੇ ਆ ਸਰ। ਮੈਂ ਤਾਂ ਨਾ ਟਾਈਮ ਮਿਲਦਾ ਸੀ ਤੇ ਨਾ ਹੀ ਉਹਨਾਂ ਦਾ ਬਾਹਲਾ ਜ਼ਿਆਦਾ ਇੰਟਰਸਟ ਸੀ ਇਸ ਚੀਜ਼ ਦੇ ਵਿੱਚ। ਉਹ ਚੰਗੀ ਗੱਲ ਹੈ ਨਾ, ਉਹ ਦੋ ਚੀਜ਼ਾਂ ਅਲੱਗ ਅਲੱਗ ਸਾਂਭੀਆਂ ਹੋਈਆਂ। ਮੈਂ ਪ੍ਰੋਫੈਸ਼ਨ ਸਾਂਭਿਆ, ਉਹਨਾਂ ਨੇ ਫੈਮਿਲੀ ਸਾਂਭੀ ਹੋਈ। ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ, ਗੁੱਸਾ ਕਿਵੇਂ ਆਪਣਾ ਮੈਨੇਜ ਕਰਦੇ ਹੋ? ਗੁੱਸਾ ਹੈਂਡਲ ਕਰਨ ਦਾ ਕੀ ਫਾਰਮੂਲਾ? ਮੈਂ ਹੁਣ ਤਾਂ ਪਾਠ ਕਰਨ ਲੱਗ ਜਾਂਦਾ ਜੀ। ਪਹਿਲਾਂ ਜ਼ਰੂਰ ਹੁੰਦਾ ਸੀਗਾ ਕਦੇ ਐਵੇਂ ਕਿਸੇ ਨੂੰ ਕੁਛ ਕਹਿ ਕੁ ਹੋ ਗਿਆ, ਹੁਣ ਨਹੀਂ ਕਹਿੰਦਾ ਕੁਛ। ਤੁਹਾਨੂੰ ਗੁੱਸਾ ਆਉਂਦਾ? ਆ ਜਾਂਦਾ ਜੀ, ਆ ਜਾਂਦਾ ਲੱਗਦਾ, ਲੁੱਕ ਲੱਗਦਾ ਨਹੀਂ ਕਿ ਕਦੇ ਗੁੱਸੇ ਹੁੰਦੇ ਹੋ। ਆ ਜਾਂਦਾ, ਫਿਰ ਮੈਂ ਪੀ ਜਾਂਦਾ। ਹੁਣ ਮੈਨੂੰ ਪੀਣਾ, ਗੁੱਸਾ ਪੀਣਾ ਆ ਗਿਆ। ਹੁਣ ਮੈਂ ਬਾਹਲਾ ਜ਼ਿਆਦਾ, ਜੇ ਕੋਈ ਕੁਛ ਕਹਿੰਦਾ ਵੀ ਆ, ਕਮੈਂਟ ਕਮੁੰਟ ਵੀ ਕੋਈ ਇੱਦਾਂ ਦੇ ਆ ਜਾਂਦਾ, ਮੈਂ ਬਾਹਲਾ ਹੁਣ ਪਰਵਾਹ ਨਹੀਂ ਕਰਦਾ ਕੋਈ ਗੱਲ ਨਹੀਂ। ਜਿਹਦਾ ਜੋ ਜਿਹਨੂੰ ਜਿਹੜੀ ਸਮਝ ਹੈ, ਮੈਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਸਗੋਂ ਉਸ ਚੀਜ਼ 'ਚੋਂ, ਹੈ ਨਾ, ਵੀ ਸੁਧਾਰਿਆ ਕਿੱਦਾਂ ਜਾਵੇ, ਹੋਰ ਅੱਗੇ ਕਿਵੇਂ। ਅੱਜ ਕੱਲ ਤਾਂ ਅਸੀਂ ਦੇਖਿਆ ਕਿ ਅੱਜ ਕੱਲ ਤੇ ਕਿਸੇ ਚ ਪੇਸ਼ੈਂਸ ਰਿਹਾ ਹੀ ਨਹੀਂ ਹੈ। ਕੁਛ ਕਹਿ ਦੋ, ਲਾਈਵ ਹੋ ਕੇ ਨਾਲ ਹੀ ਉਸ ਚੀਜ਼ ਦਾ ਰਿਪਲਾਈ ਆ ਜਾਂਦਾ। ਪੇਸ਼ੈਂਸ ਤਾਂ ਤੁਸੀਂ ਦੇਖ ਲਓ, 2.5 ਮਿੰਟ ਦੇ ਗਾਣਿਆਂ ਸੁਣਨ ਦੀ ਵੀ ਨਹੀਂ ਹੈ। ਮਤਲਬ 15 ਸੈਕਿੰਡ ਦਾ ਰਹਿ ਗਿਆ। ਹਾਂ, 15 ਸੈਕਿੰਡ ਵੀ ਤੁਸੀਂ ਜ਼ਿਆਦਾ ਕਹਿ ਰਹੇ ਹੋ। ਉਸ ਤੋਂ ਪਹਿਲਾਂ ਬੰਦਾ ਸਕਿਪ ਕਰਕੇ ਅੱਗੇ ਨਿਕਲ ਜਾਂਦਾ ਵੀ ਅੱਛਾ ਉਹ ਫਲਾਣਾ ਵੀ ਆ ਗਿਆ ਗਾਣਾ ਵੀ। ਹੁਣ ਦਿਨ 'ਚ 100 ਗਾਣੇ ਆਉਂਦੇ ਤਾਂ ਸਾਰਿਆਂ ਦੀ 27 ਤਾਂ ਸੁਣਨੀ ਹੁੰਦੀ ਸਭ। ਅਤੇ ਪੇਸ਼ੈਂਸ ਹਰੇਕ ਚੀਜ਼ ਦੇ ਵਿੱਚ ਹੀ ਹੈ। ਹੁਣ ਬਹੁਤ ਅਜੀਬ ਜਿਹਾ ਸਮਾਂ ਹੈ ਇੱਥੇ, ਤਾਂ ਤੁਸੀਂ ਆਪਣੇ ਆਪ ਨੂੰ ਕੰਟਰੋਲ ਕਰ ਲਓ ਹੀ ਬਹੁਤ। ਇੱਕ ਅਸੀਂ ਦੇਖਿਆ ਸੀ, ਤੁਸੀਂ ਥੋੜ੍ਹੇ ਦਿਨ ਪਹਿਲਾਂ ਲਾਈਵ ਆਏ ਸੀ ਥੋੜ੍ਹੀ ਦੇਰ ਪਹਿਲਾਂ, ਕਿ ਤੁਹਾਡੇ ਨਾਮ ਤੋਂ ਕੋਈ ਪੈਸੇ ਮੰਗ ਫਿਲਮ ਦੀ ਕਾਸਟਿੰਗ ਦੇ ਲਈ। ਹਾਂਜੀ, ਨਾਮ ਯੂਜ਼ ਕਰਕੇ। ਉਹ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ, ਪਤਾ ਲੱਗਿਆ ਸੀ ਉਦੋਂ। ਹੁਣ ਕਾਫੀ ਚਿਰ ਹੋ ਗਿਆ ਜੀ, ਮੇਰੇ ਖਿਆਲ ਉਹ ਤਾਂ 4-5 ਮਹੀਨੇ ਪਹਿਲਾਂ ਦੀ ਗੱਲ ਹੈ। 4-5 ਮਹੀਨੇ ਪਹਿਲਾਂ ਦੀ ਗੱਲ। ਕੋਈ ਕਿਸੇ ਫਿਲਮ ਦੀ ਇੱਥੇ ਚੱਲ ਰਹੀ ਹੋਣੀ ਹੈ ਕੋਈ ਪ੍ਰੀ ਪ੍ਰੋਡਕਸ਼ਨ, ਤਾਂ ਮੇਰੇ ਨਾਲ ਗੱਲ ਨਹੀਂ ਸੀ ਹੋਈ, ਪਰ ਉਹ ਇਹ ਕਹਿ ਰਹੇ ਸੀਗੇ ਕਿ ਉਹਨਾਂ ਨੂੰ ਅਸੀਂ ਕਾਸਟ ਕਰ ਚੁੱਕੇ ਹਾਂ, ਉਹਨਾਂ ਦੀ ਫਿਲਮ ਹੈ। ਤਾਂ ਮੈਂ ਉਹ ਅਵੇਅਰ ਕਰਨ ਵਾਸਤੇ ਕਿ ਮੇਰੇ ਨਾਮ ਤੇ ਨਾ ਘੱਟੋ ਘੱਟ ਤੁਸੀਂ ਕੋਈ ਆਡੀਸ਼ਨ ਭੇਜ ਦਿਓ। ਕੋਈ ਇਦਾਂ ਦੀ ਚੀਜ਼ਾਂ ਦੇਖ ਕੇ ਗੁੱਸਾ ਚੜਦਾ? ਇਹ ਵੀ ਤੇ ਹੋਰ ਵੀ ਹੁੰਦੀਆਂ ਨੇ। ਇਹ ਤਾਂ ਮੇਰੇ ਨਾਲ ਹੋਈ, ਪਹਿਲੀ ਵਾਰੀ ਹੋਇਆ ਸੀ, ਇੱਕ ਵਾਰੀ ਹੋਇਆ ਸੀਗਾ। ਬਟ ਕਿਉਂਕਿ ਅੱਜ ਕੱਲ ਸਕੈਮਸ ਚੱਲ ਹੀ ਬਹੁਤ ਰਹੇ ਆ, ਆਨਲਾਈਨ ਸਕੈਮ ਤਾਂ ਬਹੁਤ ਜ਼ਿਆਦਾ ਚੱਲ ਰਿਹਾ। ਹਾਂਜੀ, ਹਾਂਜੀ। ਸੋ ਆਪਣੇ ਆਲੇ ਦੁਆਲੇ ਦੀ ਸਾਰੀ ਨੈਗੇਟਿਵਿਟੀ ਨੂੰ ਦੂਰ ਕਿਵੇਂ ਰੱਖਦੇ ਹੋ? ਕਿਉਂਕਿ ਅਸੀਂ ਕਮੈਂਟਸ ਪੜ੍ਹ ਲਏ, ਕੋਈ ਫੋਟੋ ਦੇਖ ਲਈ, ਕੋਈ ਟ੍ਰੋਲਿੰਗ ਦੇਖ ਲਈ। ਕਮੈਂਟਸ ਵੀ ਮੈਂ ਨਹੀਂ ਪੜ੍ਹਦਾ ਜੀ ਇੰਨੇ ਜ਼ਿਆਦਾ। ਕੋਈ ਸਾਹਮਣੇ ਆ ਜਾਏ ਤਾਂ ਚਲੋ, ਫਿਰ ਮੈਂ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰਦਾ। ਪਰ ਆਰਟਿਸਟ ਨਾ ਸੈਂਸਿਟਿਵ ਹੁੰਦਾ ਬੇਸਿਕਲੀ,
ਆਰਟਿਸਟ ਵੀ ਮੇਰੇ ਸੁਭਾਅ ਦੇ ਵਿੱਚ ਤਾਂ ਘੱਟੋ ਘੱਟ ਹੈਗਾ ਵੀ ਕਈ ਵਾਰੀ ਤੁਸੀਂ ਇੱਕ ਚੀਜ਼ ਨੂੰ ਇੱਦਾਂ ਪੜ੍ਹ ਕੇ ਨਾ ਫਿਰ ਉਹਦੇ ਬਾਰੇ ਸੋਚੀ ਜਾਂਦੇ ਆਪਦਾ ਖਰਾਬ ਕਰ ਲੈਂਦੇ ਹੋ। ਅਗਲਾ ਤਾਂ ਲਿਖ ਕੇ ਹੋ ਗਿਆ ਪਰ ਤੁਹਾਡਾ ਉਹਨੇ ਪੂਰੇ ਦਾ ਪੂਰਾ ਦਿਨ ਖਰਾਬ ਕਰ ਲੈਣਾ। ਉਹਦੇ ਨਾਲੋਂ ਚੰਗਾ ਇਹ ਹੈ ਕਿ ਤੁਸੀਂ ਆਪਦਾ ਜਿਹੜਾ ਹੈ ਨਾ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੀਏ ਵੱਧ ਤੋਂ ਵੱਧ, ਹੈ ਨਾ। ਅਤੇ ਮੇਰੀ ਉਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਮਨ ਨੂੰ ਕਿਵੇਂ ਸ਼ਾਂਤ ਰੱਖ ਸਕਦਾ। ਅਤੇ ਮੈਂ ਵਾਧੂ ਕੁਛ ਨਾ ਤਾਂ ਜ਼ਿਆਦਾ ਸੁਣਦਾ ਨਾ ਹੀ ਹੁਣ ਗੀਤ ਵਗੈਰਾ ਜ਼ਿਆਦਾ ਸੁਣਦਾ। ਮੈਂ ਆਪਣਾ ਲਿਖਣ 'ਚ ਮਸਤ ਰਹਿੰਦਾ, ਆਪਣਾ ਗਾਉਣ 'ਚ, ਆਪਣੀਆਂ ਕੰਪੋਜੀਸ਼ਨਸ। ਅਤੇ ਹੁਣ ਮਹਾਮਾਈ ਨੇ ਮੇਰੇ ਬਾਲਾ ਜੀ ਨੇ ਡਿਊਟੀ ਇੱਦਾਂ ਦੀ ਲਾਤੀ ਹੈ ਅਤੇ ਹੁਣ ਗੁਣਗਾਨ ਕਰੀਦਾ। ਅਤੇ ਅਸੀਂ ਦੇਖਿਆ ਕਨਈਆ ਮਿੱਤਲ ਜੀ ਨੇ ਵੀ ਤੁਹਾਡੀ ਬੜੀ ਤਾਰੀਫ ਕੀਤੀ ਹੈ। ਹਾਂਜੀ, ਹੈ ਨਾ, ਕਿ ਪੰਜਾਬੀ ਇੰਡਸਟਰੀ ਦੇ ਐਸੇ ਗਾਇਕ ਨੇ ਜਿਨ੍ਹਾਂ ਨੇ ਰਾਮ ਜੀ 'ਤੇ ਗਾਣਾ ਗਾਇਆ। ਬਹੁਤ ਘੱਟ ਆਰਟਿਸਟ ਆ ਜਿਹੜੇ ਇੱਕ ਦੂਸਰੇ ਵਾਸਤੇ ਐਵੇਂ ਬੋਲਦੇ ਆ, ਤਾਂ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ। ਤੁਸੀਂ ਇੱਕ ਹੱਲਾਸ਼ੇਰੀ ਚਾਹੀਦੀ ਹੁੰਦੀ ਹੈ ਨਾ, ਔਰ ਉਹ ਆਪ ਬਹੁਤ ਵਧੀਆ ਕੰਮ ਕਰ ਰਹੇ ਆ ਔਰ ਉਹਨਾਂ ਨੇ ਯੂਥ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਕੋਈ ਕੁਛ ਵੀ ਕਵੇ ਬਟ ਅੱਜ ਜੇ ਡਿਵੋਸ਼ਨਲ ਪ੍ਰੋਗਰਾਮਸ ਦੇ ਵਿੱਚ, ਜਾਗਰਣ ਦੇ ਵਿੱਚ, ਕੀਰਤਨ ਦੇ ਵਿੱਚ 20,000 ਬੰਦਾ ਇਕੱਠਾ ਹੋ ਜਾਂਦਾ, ਤਾਂ ਉਹਦੇ ਪਿੱਛੇ ਜਿਹੜਾ ਯੂਥ ਦਾ ਜਦੋਂ ਸਾਹਮਣੇ ਉਹ ਹੁੰਗਾਰਾ ਮਿਲ ਰਿਹਾ ਹੁੰਦਾ ਤਾਂ ਉਹ ਕਿੱਡੀ ਵਧੀਆ ਗੱਲ ਹੈ ਨਾ, ਕਿੰਨੀ ਸੋਹਣੀ ਗੱਲ ਹੈ ਵੀ ਘੱਟੋ ਘੱਟ ਉਹਨਾਂ ਦੇ ਵਿੱਚੋਂ ਜੇ ਮੰਨ ਲਓ 20,000 ਤੋਂ ਸਿਰਫ 10 ਬੰਦੇ ਵੀ ਨਾਲ ਜੁੜ ਜਾਣ ਦੁਬਾਰਾ, ਤਾਂ ਕਿੰਨੀ ਚੰਗੀ ਗੱਲ ਹੋਵੇ। ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਰੋਸ਼ਨ ਪ੍ਰਿੰਸ ਨੂੰ ਬਾਰ ਬਾਰ ਬੁਲਾਇਆ ਜਾਵੇ। ਅਸੀਂ ਉਸ ਤੋਂ ਬਾਅਦ ਨਾ ਬਾਲਾ ਜੀ ਮੰਦਿਰ ਹੈ ਸਾਲਾ ਸਰਧਾਮ, ਉੱਥੇ ਅਸੀਂ 31 ਦਸੰਬਰ ਨੂੰ ਉੱਥੋਂ ਇਸ ਸਾਲ ਦੀ ਸ਼ੁਰੂਆਤ ਕੀਤੀ ਸੀ, ਕੀਰਤਨ ਉੱਥੇ ਕੀਤਾ ਸੀਗਾ। ਤਾਂ ਇੰਨਾ ਮਜ਼ਾ ਆਇਆ ਉਹਨਾਂ ਨੂੰ ਮਿਲ ਕੇ ਵੀ, ਉਹਨਾਂ ਨਾਲ ਗੱਲ ਕਰਕੇ ਵੀ, ਉਹਨਾਂ ਨਾਲ ਬੈਠ ਕੇ ਭਜਨ ਸੁਣ ਕੇ ਔਰ ਸ਼ੇਅਰ ਕਰਕੇ ਭਜਨ ਇੱਕ ਦੂਜੇ ਨਾਲ, ਦਿਲੋਂ ਜੁੜਿਆ ਹੋਇਆ ਬੰਦੇ ਉਹ ਵੀ, ਔਰ ਮੈਨੂੰ ਬੜਾ ਚੰਗਾ। ਇਹੋ ਜਿਹੇ ਇੱਕ ਦੋ ਹੋਰ ਆਰਟਿਸਟ ਨੇ ਜਿਨ੍ਹਾਂ ਨੂੰ ਮੈਂ ਪਸੰਦ ਕਰਨਾ, ਹੇਮੰਤ ਹੈ ਬ੍ਰਿਜਵਾਸੀ, ਇੱਕ ਰਾਜ ਪਾਰੀਕ ਜੀ ਨੇ, ਬਹੁਤ ਵਧੀਆ ਉਹ ਗਾਉਂਦੇ ਨੇ, ਸ਼ਾਮ ਬਾਬਾ ਦੇ ਭਜਨ ਗਾਉਂਦੇ ਨੇ ਉਹ। ਅਤੇ ਇਸ ਇਹ ਪੋਜ਼ਿਟਿਵ ਜਿਹੜੀ ਚੇਂਜ ਹੈ ਨਾ ਯੂਥ ਦੇ ਵਿੱਚ, ਮੈਨੂੰ ਬੜੀ ਚੰਗੀ ਲੱਗੀ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਫਿਟਨੈਸ ਮੰਤਰਾ ਕੀ ਹੈ ਤੁਹਾਡਾ, ਇਹ ਤਾਂ ਸਾਰੇ ਜਾਣਨਾ ਚਾਹੁੰਦੇ ਕਿ ਹੁਣ ਤੁਸੀਂ ਹੁਣ ਸਾਰ ਪੁੱਛ ਰਹੇ ਸੀ ਕੀ ਖਾਓਗੇ, ਬਸ ਆ ਜਿਹੜਾ ਹੋ ਗਿਆ ਸੀ ਇਹੀ ਹੈ। ਗ੍ਰੀਨ ਟੀ ਨੂੰ ਐ ਕਰਤਾ ਸੀ, ਆਪਣਾ ਸਰੀਰ ਇੰਨਾ ਖਾਣਾ ਮੰਗਦਾ ਨਹੀਂ ਹੁੰਦਾ ਜਿੰਨਾ ਆਪਾਂ ਵੈਸੇ ਹੈ ਨਾ ਖਾ ਜਾਂਦੇ ਹਾਂ। ਮਤਲਬ ਵੀ ਮੈਂ ਇੱਧਰ ਵੀ ਚਾਹ ਪੀ ਲਈ, ਇੱਧਰ ਵੀ ਚਾਹ ਪੀ ਲਈ, ਆ ਵੀ ਕਰ ਲਿਓ, ਇੰਨਾ ਆਪਾਂ ਨੂੰ ਲੋੜ ਨਹੀਂ ਹੁੰਦੀ ਕਈ ਵਾਰੀ, ਤਾਂ ਬਸ ਇਹੀ ਸਾਂਭਣਾ ਹੁੰਦਾ। ਜਿਮ ਦਾ ਸ਼ੌਕੀਨ ਹੋ? ਨਹੀਂ ਬਿਲਕੁਲ ਨਹੀਂ, ਨਹੀਂ ਮੈਂ ਤਾਂ ਲੇਟ ਉੱਠਣ ਵਾਲਾ ਬੰਦਾ ਜੀ, ਮੈਂ 10-11 ਵਜੇ ਤੋਂ ਪਹਿਲਾਂ ਉੱਠਦਾ ਨਹੀਂ। ਮਤਲਬ ਤੁਹਾਨੂੰ ਆਵਾਜ਼ ਪੰਜਾਬ ਦੀ 'ਚ ਜਿਵੇਂ ਦੇਖੇ ਸੀ, ਐਜ਼ ਇਟ ਇਜ਼ ਅੱਜ ਵੀ ਇੰਨੇ ਸਾਲਾਂ ਬਾਅਦ ਤੁਸੀਂ ਉੱਦਾਂ ਹੀ ਹੋ। ਇਹ ਚਲੋ ਇਹ ਤਾਂ ਚੰਗੀ ਗੱਲ ਹੀ ਹੈ, ਪਰ ਇਹਦੇ ਪਿੱਛੇ ਸ਼ਾਇਦ ਇਹੀ ਹੈ ਕਿ ਬਹੁਤ ਜ਼ਿਆਦਾ ਫੂਡੀ ਨਹੀਂ ਹੈਗਾ, ਸ਼ਾਇਦ ਇਹੀ ਇੱਕ ਰੀਜ਼ਨ ਹੋ ਸਕਦਾ। ਸੋ ਰਿਐਲਿਟੀ ਸ਼ੋਅਜ਼ ਤੋਂ ਤੁਸੀਂ ਸ਼ੁਰੂਆਤ ਕੀਤੀ, ਆਉਣ ਵਾਲੇ ਸਮੇਂ 'ਚ ਅਸੀਂ ਤੁਹਾਨੂੰ ਦੇਖ ਸਕਦੇ ਕੋਈ ਰਿਐਲਿਟੀ ਸ਼ੋਅ ਨੂੰ ਸਪੋਂਸਰ ਕਰਦੇ, ਜਾਂ ਤੁਸੀਂ ਆਪਣਾ ਕੋਈ ਲੈ ਕੇ ਆਓ ਰਿਐਲਿਟੀ ਸ਼ੋਅ? ਨਹੀਂ, ਕੋਈ ਰੀਅਲ ਟੈਲੈਂਟ ਨੂੰ ਸਾਹਮਣੇ ਲੈ ਕੇ ਆਓ? ਉਹ ਤਾਂ ਤੁਸੀਂ ਜਿਵੇਂ ਦੱਸਿਆ ਕਿ ਮੂਵੀ ਤਾਂ ਚਲੋ ਤੁਹਾਡੀ ਇੱਕ ਆ ਰਹੀ ਹੈ ਨਾ ਸਟੂਡੈਂਟਸ ਦੇ ਨਾਲ। ਨਹੀਂ ਹੁਣ ਪਤਾ ਨਹੀਂ, ਅੱਗੇ ਕਹਿ ਨਹੀਂ ਸਕਦੇ, ਬਟ ਇਹ ਹੈ ਕਿ ਨਵੇਂ ਟੈਲੈਂਟ ਨੂੰ ਤਾਂ ਹਮੇਸ਼ਾ ਕੋਸ਼ਿਸ਼ ਕਰਦਾ ਹੀ ਹੁੰਦਾ ਮੈਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਲੈ ਕੇ ਜਾਈਏ। ਬੜੇ ਆਰਟਿਸਟ ਹੈ ਹੈਪੀ ਵਰਗੇ ਜਿਨ੍ਹਾਂ ਨੂੰ ਸ਼ੁਰੂ ਕਰਵਾਇਆ ਔਰ ਅੱਜ ਉਹ ਬਹੁਤ ਵਧੀਆ ਕੰਮ ਕਰ ਰਿਹਾ। ਦਿਲ ਨੂੰ ਤਸੱਲੀ ਕਿੰਨੀ ਹੁੰਦੀ ਹੈ, ਖੁਸ਼ੀ ਹੁੰਦੀ ਹੈ, ਔਰ ਕੰਮ ਵੀ ਚੰਗਾ ਵਧੀਆ, ਇਹ ਨਹੀਂ ਕਿ ਹੁੱਲੜ ਬਾਜੀ ਵਾਲਾ ਕੰਮ ਨਹੀਂ, ਔਰ ਵਧੀਆ ਕੰਮ ਕਰ ਰਹੇ ਨੇ। ਅਤੇ ਇਹੋ ਜਿਹੇ ਆਰਟਿਸਟ ਕੋਈ ਵੀ ਹੋਵੇ ਤਾਂ ਜ਼ਰੂਰ ਉਹਦੀ। ਉਹਨਾਂ ਨਾਲ ਤੁਹਾਡਾ ਮੇਲ ਕਿਵੇਂ ਹੋਇਆ ਸੀ? ਸਾਡਾ ਇੱਕ ਕਾਮਨ ਦੋਸਤ ਹੈਗਾ ਵਰੁਣ ਜਗਰਾਓਂ, ਉਹ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਹੈ। ਉਹਨਾਂ ਦਾ ਹੈਪੀ ਦੋਸਤ ਸੀਗਾ ਅਤੇ ਇਹਨੂੰ ਲਿਖਣ ਦਾ ਸ਼ੌਕ ਸੀ, ਔਰ ਵਰੁਣ ਲੈ ਕੇ ਆਇਆ ਸੀ ਪਹਿਲੀ ਵਾਰੀ ਘਰ ਬੰਗੇ, ਮੋਟਰਸਾਈਕਲ 'ਤੇ ਆਏ ਸੀ ਜਗਰਾਓਂ ਤੋਂ ਬੰਗੇ। ਅਤੇ ਉਸੇ ਦਿਨ ਹੀ ਉਹਦਾ ਇੱਕ ਗੀਤ ਜਿਹੜਾ ਔਰ
ਸਿਲੈਕਟ ਕਰਕੇ ਉਹ ਦੂਰਦਰਸ਼ਨ ਜਲੰਧਰ ਦੇ ਵਿੱਚ ਗਾਇਆ ਗਿਆ ਸੀ। ਅੱਛਾ। ਅਤੇ ਫਿਰ ਨਾਲ ਹੀ ਦੂਸਰਾ ਗੀਤ ਜਿਹੜਾ ਸੀਗਾ ਉਹ ਸੀਗਾ ਵਹਿਮ, ਮੁਖੜਾ ਘੁਮਾ ਕੇ ਇੱਕ ਵਹਿਮ ਦੂਰ ਕਰਕੇ, ਅਤੇ ਉਹ ਰਿਕਾਰਡ ਕੀਤਾ। ਉਹ ਗਾਣਾ ਵਧੀਆ, ਉਹਦਾ ਹੰਗਾਰਾ ਮਿਲਿਆ ਸੋਹਣਾ, ਫਿਰ ਸਾਡਾ ਪਿਆਰ ਪੈ ਗਿਆ, ਫਿਰ ਦਿਲ ਡਰਦਾ। ਉਸ ਤੋਂ ਬਾਅਦ ਕਿੰਨੇ ਫਿਲਮਾਂ ਦੇ ਗਾਣੇ ਆਏ। ਅਤੇ ਹੁਣ ਆਉਣ ਵਾਲੇ ਸਮੇਂ 'ਚ ਉਹਨਾਂ ਨਾਲ ਤੁਹਾਡਾ ਗਾਣਾ ਦੇਖਾਂਗੇ? ਅਸੀਂ ਟਰਾਈ ਕਰ ਰਹੇ ਹਾਂ ਇੱਕ ਸੋਹਣੀ ਵਧੀਆ ਸੋਸ਼ਲ, ਜਿਵੇਂ ਤੁਹਾਨੂੰ ਦੱਸਿਆ, ਸੋਸ਼ਲ ਮੈਸੇਜ 'ਤੇ ਇੱਕ ਈਪੀ ਕਰੀਏ। ਕਿਆ ਬਾਤ ਹੈ। ਸੋ ਜਾਂਦੇ ਜਾਂਦੇ ਸਾਡੇ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੋਗੇ? ਇਹੀ ਹੈ ਜੀ ਕਿ ਤੁਸੀਂ ਚੰਗੇ ਗੀਤਾਂ ਨੂੰ, ਚੰਗੀ ਸ਼ਾਇਰੀ ਨੂੰ ਵੀ ਤਰਜੀਹ ਦਿਓ। ਵੈਸੇ ਤੁਸੀਂ ਸਾਰੇ ਆਪਣੇ ਆਪ ਸਿਆਣੇ ਹੋ, ਅਤੇ ਦੈਨਿਕ ਸਵੇਰਾ ਦਾ ਵੀ ਮੈਂ ਥੈਂਕਸ ਕਰਦਾ ਕਿ ਤੁਸੀਂ ਮੈਨੂੰ ਸਟੂਡੀਓ ਬੁਲਾਇਆ, ਹੈ ਨਾ ਜੀ। ਅਸੀਂ ਫਿਲਮਾਂ ਦੀ ਪ੍ਰਮੋਸ਼ਨ ਵਾਸਤੇ ਤਾਂ ਬਥੇਰੀ ਵਾਰੀ ਆਉਂਦੇ ਰਹਿੰਦੇ ਹਾਂ, ਪਰ ਅੱਜ ਦੁਬਾਰਾ ਆ ਕੇ ਬੜਾ ਚੰਗਾ ਲੱਗਿਆ। ਸੋ ਚੰਗੇ ਮਿਊਜ਼ਿਕ ਨੂੰ, ਚੰਗੀ ਸ਼ਾਇਰੀ ਨੂੰ, ਚੰਗੇ ਗਾਣੇ ਨੂੰ ਪਿਆਰ ਕਰੋ। ਕਿਆ ਬਾਤ ਹੈ। ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਵਿਦ ਅਸ। ਬਹੁਤ ਬਹੁਤ ਸ਼ੁਕਰੀਆ।